ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਸਾਰੇ ਕਿਵੇਂ ਹੋ? ਅਤੇ ਬਾਕੀ ਆਪਾਂ ਇੱਥੇ ਖਲੋਤੇ ਸੀ ਮੱਝਾਂ ਗਾਈਆਂ ਕੋਲ, ਅਤੇ ਇੱਥੋਂ ਦਾ ਮੈਂ ਕਿਹਾ ਵੀ ਵਲੋਗ ਬਣਾ ਲਾ ਮੈਂ ਪਿੰਡਾਂ ਦਾ ਵਲੋਗ, ਤੁਹਾਨੂੰ ਪਤਾ ਬਹੁਤ ਵਧੀਆ ਲੱਗਦਾ ਵਾ। ਅਤੇ ਇੱਥੇ ਮੱਝ ਗਾਂ ਇਹਨਾਂ ਨੇ ਨਵਾਈ ਸੀ, ਅਤੇ ਬਸ ਧਾਰਾਂ ਧੁਰਾਂ ਚੋੜੀਆਂ ਸੀ, ਅਤੇ ਫਿਰ ਮੈਂ ਇੱਥੇ ਖਲੋਤੀ ਸੀ। ਇੱਕ ਸੀ ਕੱਟਾ ਅਤੇ ਦੂਜੀ ਸੀ ਵੱਛੀ। ਅੱਛਾ। ਅਤੇ ਅਸੀਂ ਇਹਨਾਂ ਲਾਗੇ ਖਲੋਤੇ ਸੀ, ਵੀਡੀਓ ਬਣਾਉਂਦੇ ਸੀ, ਅਤੇ ਉੱਧਰੋਂ ਪੱਠੇ ਪਾਉਂਦੇ ਸੀ। ਉਹ ਕੱਟਾ, ਉਹ ਵੱਛੀ। ਸ਼ਾਮ ਦਾ ਆਥਣ ਦਾ ਟਾਈਮ ਸੀ, ਆਥਣ ਦਾ ਟਾਈਮ ਸੀ। ਇਹ ਵਾਲੀ ਮੌਜ ਸ਼ਹਿਰਾਂ 'ਚ ਨਹੀਂ ਲੱਭਦੀ, ਸੋ ਮੈਂ ਇਸ ਕਰਕੇ ਆਪਣੇ ਕੈਮਰੇ 'ਚ ਮੈਂ ਕੈਦ ਕਰ ਲਾਂ ਵੀਡੀਓ ਬਣਾਉਣਾ, ਕਿਉਂਕਿ ਸ਼ਹਿਰ 'ਚ ਮੱਝਾਂ ਮੁੱਝਾਂ ਰੱਖਣੀਆਂ ਬਹੁਤ ਔਖੀਆਂ ਜਿਹੀਆਂ ਲੱਗਦੀਆਂ, ਕਿਉਂਕਿ ਜਗ੍ਹਾ ਨਹੀਂ ਹੁੰਦੀ। ਇੱਥੇ ਖੁੱਲ੍ਹੀ ਜਗ੍ਹਾ ਹੁੰਦੀ ਆ, ਅਤੇ ਵਧੀਆ ਲੱਗਦਾ ਪਿੰਡਾਂ ਦਾ ਮਾਹੌਲ। ਅਤੇ ਇੱਧਰ ਮੱਝਾਂ ਗਾਵਾਂ ਪੱਠੇ ਖਾਣ ਦੀਆਂ ਸੀ ਅਤੇ ਪਾਏ ਸੀ, ਅਤੇ ਬਾਕੀ ਇੱਥੇ ਮੈਂ ਕਿਹਾ ਵੀਡੀਓ ਬਣਾ ਲਈ, ਅਤੇ ਇੱਥੇ ਲੱਗੇ ਸੀ ਸਬਜ਼ੀ ਬਣਾਉਣ, ਆਲੂ ਕੱਟਣ ਦੇ ਸੀ ਭੂਆ ਫਿਰ ਆਈ, ਅਤੇ ਬਾਕੀ ਅਸੀਂ ਹੋਰ ਕੀਤੀਆਂ ਗੱਲਾਂ ਬਾਤਾਂ। ਮੰਮੀ ਬਾਰੇ ਕਹਿੰਦੇ ਸੀ ਮੰਮੀ ਠੀਕ ਨਹੀਂ, ਜਿਹੜੇ ਰਿਸ਼ਤੇਦਾਰ ਆ ਉਹ ਪਤਾ ਲੈਣ ਆਉਂਦੇ ਸੀ, ਅਤੇ ਅਸੀਂ ਬਸ ਛੋਟੀਆਂ ਮੋਟੀਆਂ ਗੱਲਾਂ ਲੱਗੇ ਸੀ ਕਰਨ। ਅੱਛਾ। ਸਹੀ ਗੱਲ, ਹੁਣ ਆਉਂਦੀਆਂ ਉਹਦੇ ਲਈ ਪਤਾ ਲੈਣ ਸਾਰੀਆਂ। ਅਤੇ ਬਾਕੀ ਇੱਥੇ ਇਹ ਕੂੰਡੇ ਡੰਡੇ ਦੇ ਮਸਾਲਾ ਕੁੱਟਣ ਦੇ ਸੀ, ਪਿਆਜ਼ ਦਾ, ਮਿਰਚ ਪਿਆਜ਼, ਅਤੇ ਬਾਕੀ ਆਪਾਂ ਕਰਦੇ ਹਾਂ ਚਿੱਲੀ ਕਟਰ 'ਚ, ਅਤੇ ਇਹਨਾਂ ਇਹ ਕੁੱਟਦੇ ਨੇ ਕੁੰਡੀ ਡੰਡੇ 'ਚ। ਮੈਂ ਕਿਹਾ ਚਲੋ ਜੀ ਇਹਨਾਂ ਦੀ ਵੀਡੀਓ ਬਣਾਉਂਦੀ ਹਾਂ, ਬਾਕੀ ਇਹ ਸਾਹਮਣੇ ਨਹੀਂ ਆਉਣਾ ਚਾਹੁੰਦੇ ਸੀ ਇਸ ਕਰਕੇ ਮੈਂ ਫੇਸ ਦੀ ਵੀਡੀਓ ਨਹੀਂ ਲਈ ਸੀ। ਅਤੇ ਚਲੋ ਜੀ ਮੈਂ ਕਿਹਾ ਮੈਂ ਵੀਡੀਓ ਬਣਾਉਂਦੀ ਹਾਂ, ਪਲੀਜ਼ ਤੁਸੀਂ ਜੁੜੇ ਰਹੋ ਮੇਰੇ ਚੈਨਲ ਦੇ ਨਾਲ, ਜੇ ਮੇਰੀਆਂ ਵੀਡੀਓ ਵਧੀਆ ਲੱਗੀਆਂ ਤਾਂ ਪਲੀਜ਼ ਮੈਨੂੰ ਵੱਧ ਤੋਂ ਵੱਧ ਸਾਰਿਆਂ ਨੇ ਸਪੋਰਟ ਕਰੋ, ਮੇਰੀ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਮੇਰੇ ਨੂੰ ਕਰ ਦਿਓ ਸਬਸਕ੍ਰਾਈਬ। ਅਤੇ ਇੱਧਰ ਪਸ਼ੂਆਂ ਵਾਸਤੇ ਵੱਡੀ ਸਾਰੀ ਉਹ ਬੰਬੀ ਕੀ ਕਹਿੰਦੇ ਨੇ ਖੁਰਲੀ ਜੀ ਪਾਣੀ ਵਾਸਤੇ ਭਰੀ ਸੀ, ਡਿੱਗੀ ਕਹਿੰਦੇ ਆ ਪਾਣੀ ਜੀ ਭਰੀ ਸੀ। ਉੱਧਰ ਇਹ ਧੋਂਦੇ ਸੀ ਵਿਹੜਾ, ਜੋ ਕਿ ਨੇਰ ਆਇਆ ਸੀ ਅਤੇ ਬਹੁਤ ਜ਼ਿਆਦਾ ਗੰਦ ਪੈ ਗਿਆ ਸੀ, ਇੱਧਰ ਬਹੁਤ ਜ਼ਿਆਦਾ ਮਿੱਟੀ ਉੱਡਦੀ ਆ, ਅਤੇ ਉਹ ਕਰਨ ਦੇ ਸੀ ਸਾਫ਼ ਸਫਾਈ। ਨਾਲੇ ਹੱਥ ਦਾ ਸ਼ਾਮ ਦਾ ਟਾਈਮ ਸੀ, ਅਤੇ ਇੱਧਰ ਮੈਨੂੰ ਸ਼ੌਂਕ ਆਇਆ, ਮੈਂ ਵੀ ਗਾਈ ਚੋਣ ਲੱਗ ਗਈ, ਅਤੇ ਬਹੁਤ ਟਾਈਮ ਹੋਇਆ ਮੈਂ ਮੱਝਾਂ ਗਾਵਾਂ ਨਹੀਂ ਚੋਈਆਂ, ਮੈਨੂੰ ਵੈਸੇ ਆਉਂਦੀਆਂ ਚੋਣੀਆਂ, ਫਿਰ ਮੈਨੂੰ ਸ਼ੌਂਕ ਆਇਆ, ਮੈਂ ਕਿਹਾ ਮੈਂ ਗੋਹਾ ਪੱਥਦੀ ਹਾਂ, ਅਤੇ ਛੋਟੇ ਛੋਟੇ ਪਾਥੀਆਂ ਮੈਂ ਪੱਥੀਆਂ ਸੀ, ਅਤੇ ਬਾਕੀ ਵਧੀਆ ਤਾਂ ਨਹੀਂ ਲੱਗਦਾ ਪੱਥਣਾ, ਉਹ ਅੱਗੇ ਹੋਰ ਤਰ੍ਹਾਂ ਦੀ ਸਮੈਲ ਜਿਹੀ ਆਉਂਦੀ ਆ, ਪਰ ਫਿਰ ਵੀ ਮੈਂ ਕਿਹਾ ਮੈਂ ਪੱਥ ਕੇ ਦੇਖਦੀ ਹਾਂ। ਮੈਂ ਤਾਂ ਛੋਟੀਆਂ ਛੋਟੀਆਂ ਜਿਹੀਆਂ ਪਾਥੀਆਂ ਬਣੀਆਂ, ਜਿਵੇਂ ਦੀਆਂ ਬਣੀਆਂ ਮੈਂ ਬਣਾਉਣ ਲੱਗ ਗਈ ਸੀ, ਇੱਥੇ ਮੈਂ ਪੱਥਦੀ ਹਾਂ ਪਾਥੀਆਂ। ਇੱਧਰ ਇਹ ਚੋਣਦੇ ਸੀ ਗਾਈਂ, ਮੈਂ ਚੋਲੀ ਸੀ, ਅਤੇ
ਹੋਣਾ।